ਹਾਂਜੀ ਸ਼ਸ਼ੀਕਾ ਸਾਰਿਆਂ ਨੂੰ ਤੁਹਾਡਾ ਆਪਣਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਗੱਲਾਂ ਬਾਤਾਂ ਬਲੌਗਸ ਦੇ ਵਿੱਚ ਆਈ ਹੋਪ ਕਿ ਸਾਰੇ ਠੀਕ ਹੋਮੋਂਗੇ ਅਗਰ ਜਿੰਨਾ ਭੈਣ ਭਰਾ ਮਾਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ 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 ਬੇਨਤੀ ਹੈ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਤੁਹਾਡੀ ਮਰਜ਼ੀ ਆ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਅੱਗੇ ਮੇਰਾ ਮੈਸੇਜ ਸ਼ੇਅਰ ਕਰ ਦਿਆ ਕਰੋ ਤੇ ਮੈਂ ਅੱਜ ਸੋਚ ਰਹੀ ਸੀ ਕਿ ਅੱਜ ਨਾ ਥੋੜੇ ਬਹੁਤ ਲਾਂ ਤਾਂ ਸਰਕਾਰ ਨੂੰ ਪਾਈਆਂ ਜਾਣ ਮੇਰੀ ਸੋਚ ਦੇ ਮੁਤਾਬਕ ਅੱਜ ਤੱਕ ਮੈਂ ਕੁਝ ਨਹੀਂ ਸਰਕਾਰ ਨੂੰ ਕਦੇ ਵੀ ਬੋਲੀ ਹੈਗੀ ਪਰ ਜਦ ਸਿੱਧੂ ਮੁਸੇ ਵਾਲੇ ਦੀ ਮੌਤ ਹੋਈ ਆ ਨਾ ਗੈਂਗਸਟਰਾਂ ਨੂੰ ਦੇਖਦੇ ਆ ਕਿ ਮੈਂ ਤਾਂ ਖੂਨ ਖੋਲਦਾ ਗੁੱਸਾ ਚੜਦਾ ਕਿ ਉਹਨੂੰ ਸਾਡੇ ਹਵਾਲੇ ਕਰ ਦੋ ਪਤਾ ਨਹੀਂ ਮੇਰੇ ਫੋਨ ਦਾ ਕੈਮਰਾ ਕਿਉਂ ਘੁੰਮ ਜਾਂਦਾ ਚਲੋ ਕੋਈ ਨਹੀਂ ਅਗਰ ਮੈਨੂੰ ਤੁਹਾਨੂੰ ਲੱਗਿਆ ਵੀ ਕੈਮਰਾ ਘੁੰਮ ਗਿਆ ਜਾਂ ਕੋਈ ਗੱਲ ਹੀ ਮਾਫ ਕਰਨਾ ਤੇ ਮੈਂ ਨਾ ਮੇਰਾ ਮਨ ਜਾਂ ਬੜਾ ਉਦਾਸ ᱛੀ ਮੈਂ ਚਲ ਸਾਰਿਆਂ ਨਾਲ ਸ਼ੇਅਰ ਕਰਦੀ ਆ ਕਿ ਜਦੋਂ ਪਹਿਲਾਂ ਹਨਾ ਨੰਗਲੰਬੀਏ ਦਾ ਕਤਲ ਹੋਇਆ ਬڑا ਹੋਇਆ ਤਾਂ ਬੱਚਿਆਂ ਨੂੰ ਦੇਖ ਕੇ ਉਹਦੀ ਪਤਨੀ ਨੂੰ ਦੇਖ ਕੇ ਆ ਹੁੰਦਾ ਸੀਗਾ ਮੈਨੂੰ ਤਾਂ ਇਹ ਹੁੰਦਾ ਸੀਗਾ ਹਾਈ ਮੈਂ ਇਹਨੂੰ ਕੋਈ ਸ਼ਕਤੀ ਹੋਵੇ ਮੇਰੇ ਕੋਲ ਇਹ ਜੀ ਮੈਨੂੰ ਜਿਉਂਦਾ ਕਰ ਦਵਾਂ ਹਨਾ ਵੀ ਇੱਕ ਮਿੰਟ ਚ ਇਹਨੂੰ ਜਿਉਂਦਾ ਕਰਕੇ ਬਿਠਾ ਦਵਾਂ ਮਤਲਬ ਉਹਦਾ ਹਾਲ ਦੇਖਿਆ ਨਹੀਂ ਜਾਂਦਾ ਸੀਗਾ ਉਹਦੇ ਵਿੱਚ ਥੋੜੇ ਬਹੁਤ ਨਿਕਲੇ ਤਾਂ ਦੀਪ ਸਿੱਧੂ ਮਰ ਗਿਆ ਤੇ ਐਨਾ ਉਹ ਸ਼ੌਕ ਲੱਗਿਆ ਉਸ ਜੀ ਦਾ ਮਤਲਬ ਵੀ ਮਹਨਾਂ ਵਿਚਾਰਾ ਕੱਲਾ ਜਿਵੇਂ ਲਾਲੋ ਆਪਣੀ ਲਾਈਫ ਤੇ ਪਿੱਛੋਂ ਵੀ ਦੁਖੀ ਡਿਪਰੈਸ਼ਨ ਵਾਲਾ ਬੰਦਾ ਤੇ ਹਰ ਇੱਕ ਇੱਕ ਉਹਦੀ ਲਫ਼ਜ਼ ਗੱਲ ਸੁਣਨ ਵਾਲੀ ਤੇ ਨਾ ਜੋਸ਼ ਉਹਦੇ ਦੇਖਿਆ ਤੁਸੀਂ ਉਹਦੇ ਮੂੰਹ ਤੇ ਚਿਹਰੇ ਤੇ ਰੂਪ ਕਿੰਨਾ ਸੀਗਾ ਕਿੰਨਾ ਦਾ ਚਮਚਮ ਕਰਦਾ ਸੀਗਾ ਉਹਦਾ ਐਨੇ ਲੋਕੀ ਰੋਏ ਬੋ ਕਿ ਅਸਲ ਵਿੱਚ ਮੈਂ ਵੀ ਕਿਤਨ ਮੈਂ ਵੀ ਕਦੇ ਬਾਰੀ ਰੋਈ ਦੇਖ ਕੇ ਨਾ ਮੈਂ ਅਸਲ ਵਿੱਚ ਮੈਂ ਦੇਖਦੀ ਨਹੀਂ ਸੀ ਕਿਉਂਕਿ ਫਿਰ ਮਰਤਾ ਆਪ ਦਿਮਾਗ ਨਾ ਖਰਾਬ ਹੋ ਜਾਣਾ ਸੀ ਦੇਖ ਕੇ ਕਿੰਨੇ ਕਿਹੜਾ ਘਰ ਸੀ ਜਿਹੜੀ ਮਾਂ ਸੀ ਜਿਹੜੀ ਉਹ ਦੀਪ ਸਿੱਧੂ ਨਾ ਨਾ ਰੋਈ ਹੋਵੇ ਕਿਹੜੀ ਉਹ ਭੈਣ ਸੀ ਨਾ ਰੋਈ ਹੋਵੇ ਕੁੜੀ ਕਿਤਰੀ ਨਾ ਰੋਈ ਹੋਵੇ ਤੇ ਚਲੋ ਉਹਦੇ ਵਿੱਚੋਂ ਹੌਲੀ ਹੌਲੀ ਨਿਕਲੇ ਹੌਲੀ ਹੌਲੀ ਨਿਕਲੇ ਤਾਂ ਫਿਰ ਸਿੱਧੂ ਮਸੇਵਾਲੇ ਦਾ ਕਤਲ ਹੋ ਗਿਆ ਇਹ ਨੇ ਤਾਂ ਐਸੀ ਦੁਨੀਆ ਹਾਲਾਤ ਸੀ ਇਸ ਮੌਤ ਨੇ ਸਿੱਧੂ ਦੀ ਨੇ ਕਿ ਪੂਰੀ ਦੁਨੀਆ ਹਿੱਲ ਗਈ ਕੋਈ ਬਰਦਾਸ਼ਤ ਹੀ ਨਹੀਂ ਕਰ ਸਕ ਰਿਹਾ ਇਵਨ ਕਿ ਮੈਂ ਉਹਨੂੰ ਦੇਖਿਆ ਤੱਕ ਨਹੀਂ ਕਦੇ ਮੈਂ ਮਿਲੀ ਤੱਕ ਨਹੀਂ ਉਹਨੂੰ ਕਦੇ ਤੇ ਫੇਰ ਵੀ ਮਨ ਵਾਹ ਹੁੰਦਾ ਵੀ ਹਾਈ ਮੈਂ ਉਹਨੂੰ ਕਿਵੇਂ ਜੀਉਂਦਾ ਕਰ ਦਮ ਜਦੋਂ ਵੀ ਮੈਨੂੰ ਵੀਡੀਓ ਚ ਬੁੱਤ ਨੂੰ ਦੇਖਦੀ ਆ ਨਾ ਹੁੰਦਾ ਵੀ ਮੈਂ ਯਾਰ ਇਹਨੂੰ ਬਸ ਜੀਉਂਦਾ ਫਟਾਫਟ ਕਰਕੇ ਮਾਂ ਦੇ ਕੋਲ ਬਿਠਾ ਦਮ ਤੇ ਮੈਂ ਕਹਿਣਾ ਚਾਹਨੀ ਆ ਕਿ ਕਿਉਂ ਕਿਉਂ ਕਤਲ ਹੋ ਰਹੇ ਨੇ ਕਿਉਂ ਮਾਰ ਤੇ ਮੈਨੂੰ ਇੰਨਾ ਗੁੱਸਾ ਚੜਦਾ ਨਾ ਸਰਕਾਰ ਵੱਲ ਦੇ ਕਿ ਸਰਕਾਰ ਵੱਲ ਦੇਖ ਕੇ ਤੇ ਉਹ ਜਿਹੜੇ ਗੈਂਗਸਟਰ ਨੇ ਜਿਨ੍ਹਾਂ ਨੇ ਕਤਲ ਕੀਤਾ ਮੈਂ ਚਾਹੁੰਨੀ ਆ ਕਿ ਉਹਨਾਂ ਨੂੰ ਨਾ ਫੈਂਸ ਦੇ ਹਵਾਲੇ ਕਰ ਦੋ ਉਹਦੇ ਮਾਵਾ ਦੇ ਹਵਾਲੇ ਕਰ ਦੋ ਸਭ ਤੋਂ ਕੁਝ ਨਹੀਂ ਬਣਨਾ ਤੁਸੀਂ ਉਹਨਾਂ ਸੰਭਾਲ ਸੰਭਾਲ ਰੱਖਣਾ ਜਿਵੇਂ ਤੁਹਾਡੀ ਆਪਣੀ ਪ੍ਰਾਪਰਟੀ ਹੁੰਦੀ ਆ ਉਹ ਠੀਕ ਹੈ ਤੇ ਉਹ ਆਪ ਤਾਂ ਖਾ ਪੀ ਰਹੇ ਨੇ ਜੇਲ੍ਹਾਂ ਦੇ ਵਿੱਚ ਸਾਹ ਲੈ ਰਹੇ ਨੇ ਜਿਉਂਦੇ ਨੇ ਜਿਨ੍ਹਾਂ ਦੇ ਉਹਨਾਂ ਨੇ ਘਰ ਉਜਾੜ ਤੇ ਜਿਨ੍ਹਾਂ ਨੇ ਪੁੱਤਾਂ ਦੇ ਪੁੱਤੋਂ ਝਾੜ ਤੇ ਮਰਡਰ ਕਰਤੇ ਕਤਲ ਕਰਤੇ ਤੇ ਉਹ ਤਾਂ ਦੇਖਦੇ ਕਿ ਸੜ ਰਹੇ ਨੇ ਨਾ ਉਹਨਾਂ ਨੂੰ ਉਹ ਤਾਂ ਹਰ ਰੋਜ਼ ਮੌਤ ਮਾਰ ਰਹੇ ਨੇ ਉਹ ਆਪਣਾ ਮਰਡਰ ਕਰਕੇ ਚੁਪਰ ਕੇ ਜੇਲ੍ਹ 'ਚ ਬੈਠੇ ਨੇ ਤੂੰ ਤਾਂ ਨਾਲ ਦੇ ਨਾਲ ਉਹਨੂੰ ਗੋਲਨਾ ਉੜਾ ਦੇਣਾ ਚਾਹੀਦਾ। ਥੋਤੋ ਕੁਝ ਨਹੀਂ ਬਣਦਾ ਤਾਂ ਤੁਸੀਂ ਫੈਂਸ ਦੇ ਹਵਾਲੇ ਕਰ ਦਿਓ ਤਾਂ ਚੌਂਗ ਚ ਖੜਾ ਕੇ ਮੈਂ ਕਹਿੰਦੀ ਹਰ ਕੋਈ ਉਹਦੇ 100-100 ਜੁੱਤੀਆਂ ਨਾਲ ਸਿਰ ਚ ਲਾ ਕੇ ਜਾਵੇ। ਉਹਨੂੰ ਹਰ ਰੋਜ਼ ਉਹ ਮਰੇ ਉਹ ਮੌਤ ਜੋ ਸਿੱਧੂਨ ਮੌਤਾਂ ਨੇ ਦਿੱਤੀ ਹੈ। ਪਤਾ ਨਹੀਂ ਸਰਕਾਰ ਆ ਉਹਨਾਂ ਦਾ ਚਾਰ ਪਾਉਣਗੇ ਕਿ ਜ਼ਿਲ੍ਹਿਆਂ ਦੇ ਵਿੱਚ ਰੱਖ ਕੇ ਮੈਨੂੰ ਸਮਝ ਨਹੀਂ ਆਉਂਦੀ ਆਰਤੀ ਉਤਾਰਦੀਆਂ ਨੇ ਰੋਜ਼। ਕਰਾਉਂਦੀਆਂ ਕੀ ਨੇ ਮੈਨੂੰ ਤਾਂ ਨਾ ਇੰਡੀਆ 'ਚ ਕੋਈ ਅਜਿਹਾ ਕਾਨੂੰਨ ਬਣਾਇਆ ਜਾ ਰਿਹਾ ਵੀ ਜੋ ਇਸ ਚੀਜ਼ ਨੂੰ ਰੋਕਿਆ ਜਾ ਸਕੇ। ਇਹਨਾਂ ਨੂੰ ਖੁਦ ਸਮਝ ਹੀ ਨਹੀਂ ਲੱਗਦੀ ਵੀ ਕਾਰਨ ਤਾਂ ਕੀ ਕਰਨ? ਨਹੀਂ ਸਮਝ ਲੱਗਦੀ ਤਾਂ ਭਾਈ ਤੁਸੀਂ ਹਵਾਲੇ ਕਰ ਦਿਓ ਫੈਂਸ ਦੇ ਉਹ ਆਪੇ ਕਰ ਲੈਣਗੇ ਸਾਰਾ ਕੁਝ ਇੱਕ ਆਮ ਇਨਸਾਨ ਦੇ ਵਿੱਚ ਪਬਲਿਕ ਦੇ ਵਿੱਚ ਖੜ ਕੇ ਤਾਂ ਆਪਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਆਂ ਜਦੋਂ ਆਪਾਂ ਜਾ ਕੇ ਉੱਥੇ ਪੋਲਿਟਿਕਸ ਜਾਣੇ ਆ ਜਾਂ ਮੰਤਰੀ ਦੀ ਕੁਰਸੀ ਤੇ ਜਾ ਕੇ ਬਹਿਜ ਨੇ ਪਰ ਸਾਰਾ ਕੁਝ ਭੁੱਲ ਜਾਂਦੇ ਆ ਇਹ ਜੀ ਤੁਹਾਨੂੰ ਕਿਹੜੀ ਬੂਟੀ ਸੰਘਾ ਦੰਦਣ ਦੇਣ ਉੱਥੇ ਬੈਠ ਕੇ ਵੀ ਤੁਸੀਂ ਉਹਨੂੰ ਸੁੰਘ ਲੈਣ ਤੇ ਉੱਥੇ ਮਸਤ ਹੋ ਜਨੋਂ ਪੋਲਿਟਿਕਸ ਉਹਨਾਂ ਦੀ ਬਣ ਜਨੋਂ ਜਾ ਕੇ ਕਿਉਂ ਸਾਰਾ ਕੁਝ ਭੁੱਲ ਜਾਂਦੇ ਆਂ ਇੱਕ ਮੰਤਰੀ ਦੇ ਹੱਥ 'ਚ ਇਹ ਨਹੀਂ ਹੁੰਦਾ ਹੈਗਾ ਵੀ ਉਹ ਕਾਨੂੰਨ ਬਣਾ ਸਕੇ ਵੀ ਹਾਂ ਇਹਨੂੰ ਜਿਹੜਾ ਬੰਦਾ ਸਾਬਿਤ ਹੋ ਗਿਆ ਵੀ ਹਾਂ ਇਹ ਬੰਦੇ ਨੇ ਕਤਲ ਕੀਤਾ ਜਾਂ ਬਲਾਤਕਾਰ ਕੀਤਾ ਜਾਂ ਇਹ ਕਿਤੇ ਮਰਡਰ ਦੇ ਵਿੱਚ ਉਹ ਇਨਵੋਲਵ ਐ ਚਲੋ ਗੱਲ ਇਨਵੋਲਵ ਵਾਲੀ ਗੱਲ ਅਲੱਗ ਹੋ ਗਈ ਜਿਹਨੇ ਗੋਲੀ ਚਲਾਈ ਹੈ ਸਾਬਿਤ ਵੀ ਹੋ ਗਿਆ ਫਿਰ ਵੀ ਉਹਨੂੰ ਉਹਨੂੰ ਜਿਉਂਦਾ ਰੱਖਿਓ ਆ ਤੁਸੀਂ ਨੇ ਉਹਨੂੰ ਮਾਰ ਦਿਓ ਮਕਾ ਦਿਓ ਉਹਨੂੰ ਉਹਨੂੰ ਤਾਂ ਜਿਉਂਦਾ ਰੱਖਿਓ ਆ ਉਹ 10 ਕਤਲ ਬਾਹਰ ਨਿਕਲ ਕੇ ਹੋਰ ਕਰਾਵੇ ਤੁਸੀਂ ਗੰਦਗੇ ਤੁਸੀਂ ਆਪ ਰੱਖੀ ਹੋਇਆ ਦੇਸ਼ ਦੇ ਵਿੱਚ ਇੱਕ ਮੰਤਰੀ ਇੱਕ ਮੰਤਰੀ ਦੇ ਹੱਥ ਵਿੱਚ ਸਾਰਾ ਕੁਝ ਹੁੰਦਾ। ਉਹ ਕੀ ਨਹੀਂ ਕਰ ਸਕਦਾ ਉਹ? ਤੁਸੀਂ ਮੌਤ ਦਾ ਕਾਨੂੰਨ ਕਿਉਂ ਨਹੀਂ ਬਣਾਉਂਦੇ? ਫਾਂਸੀ ਦਾ ਕਾਨੂੰਨ ਕਿਉਂ ਨਹੀਂ ਬਣਾਉਂਦੇ? ਇੱਕ ਕੁੜੀ ਦਾ ਇੰਨੀ ਬੁਰੀ ਹਾਲਤ ਕੀਤੀ ਦਿੰਦੀ ਵਾਲੇ ਕੇਸ ਦੇ ਵਿੱਚ ਤਾਂ ਕਿੰਨਾ ਚਿਰ ਉਹ ਮਾਂ ਨੇ ਸੰਘਰਸ਼ ਕਰਿਆ ਤਾਂ ਕਿ ਤੇ ਉਹਨੂੰ ਫਾਂਸੀ ਮਿਲੀ। ਕੀ ਗੱਲ ਤੁਸੀਂ ਸਾਇੰਸ ਇੱਥੇ ਤੱਕ ਪਹੁੰਚ ਚੁੱਕੀ ਹੈ ਕਿ ਅਗਰ ਕੋਈ ਕਿਸੇ ਦਾ ਬਲਾਤਕਾਰ ਕਰ ਰਿਹਾ ਹੈ ਤਾਂ ਉਥੇ ਸਿੱਧ ਹੋ ਜਾਂਦਾ ਹੈ। ਬਿਨ ਕਿਤਾ ਕਰੀ ਕਿਤਾ ਨਾ ਨਹੀਂ। ਜੇ ਸਿੱਧ ਹੋ ਗਿਆ ਤਾਂ ਫਿਰ ਤੁਸੀਂ ਉਹਨੂੰ ਇੰਨਾ ਚਿਰ ਇੰਨੇ ਸਾਲ ਨੂੰ ਕਿਉਂ ਕਮਾਇਆ? 8 ਸਾਲਾਂ 6 ਸਾਲ ਬਾਅਦ ਖਾਨੀ। ਉਹਨੂੰ ਇਨਸਾਫ਼ ਮਿਲਿਆ ਸੀ ਉਸ ਨੂੰ ਮਨ ਕੀ ਗੱਲ ਉਸ ਟਾਈਮ ਕਿਉਂ ਨਹੀਂ ਇਨਸਾਫ਼ ਮਿਲਿਆ ਹੈਗਾ ਤਾਂ ਹੀ ਤਾਂ ਹਰ ਕੋਈ ਕਤਲ ਕਰ ਦਿੰਦਾ ਹਰ ਕੋਈ ਬਲਾਤ ਕਰਕੇ ਕਿਤੇ ਨਿਕਲਣ ਪਤਾ ਹੈ ਵੀ ਹਾਂ ਕੁਝ ਸਰਕਾਰ ਨੇ ਕੁਝ ਨਹੀਂ ਕਰਨਾ ਅਸੀਂ ਆਪਣਾ ਕਬੂਲ ਕਰ ਲੈਣਾ ਤੇ ਅਸੀਂ ਜੇਲ੍ਹ ਚ ਬਹਿ ਕੇ ਰੋਟੀਆਂ ਪਾੜਾਂਗੇ ਨਾਲ ਦੀ ਨਾਲ ਉਹਨੂੰ ਉਹਨੂੰ ਕਿਉਂ ਨਹੀਂ ਮੌਤ ਦੇ ਉਤਾਰਿਆ ਜਾਂਦਾ ਹੈਗਾ ਇਹ ਉੱਥੇ ਕਿਉਂ ਉੱਥੇ ਬੰਦ ਹੋ ਜਾਵੇ ਸਾਰਾ ਕੁਝ ਸੋਡਾ ਹੈ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਕਰਦੇ ਕੀ ਨੇ ਇਹ ਕਿਸੇ ਦਾ ਘਰ ਦਾ ਪੁੱਤ ਮਾਰਤਾ ਕਿੰਨਾ ਆਸਾਨ ਮੇਰੀ ਸਰਕਾਰ ਨੂੰ ਅਪੀਲ ਹੈ ਕਾਨੂੰਨ ਬਣਾ ਲਓ ਕਾਨੂੰਨ ਬਣਾ ਲਓ ਕਰ ਲਓ ਕੁਛ ਤਾਂ ਬਣ ਜੂ ਭਗਵੰਤ ਮਾਨ ਸਾਹਿਬ ਕਰ ਲਓ ਕੁਛ ਤੁਹਾਡੇ ਹੱਥ ਸਾਰਾ ਕੁਝ ਹੈ ਚੌਂਕ 'ਚ ਗੋਲੀ ਮਾਰ ਚੌਂਕ 'ਚ ਗੋਲੀ ਖੜਾ ਕੇ ਮਾਰਨ ਦਾ ਜਿਹੜਾ ਕਾਨੂੰਨ ਬਣਾ ਲਓ ਵੀ ਉਸ ਬੰਦੇ ਨੂੰ ਚੌਂਕ 'ਚ ਖੜਾ ਕੇ ਗੋਲੀ ਮਾਰੀ ਜਾਊਗੀ ਪਰ ਕਾਲਾ ਮੂੰਹ ਕਰਊਗਾ ਠੀਕ ਹੈ ਤਾਂ ਕੀ ਤੇ ਇਹ ਤੇ ਇਹਨਾਂ ਜਿਹੜੇ ਇੰਨੇ ਕਾਰਨਾਮੇ ਹੋ ਰਹੇ ਤਾਂ ਠੰਡ ਠੱਲ ਪੈ ਸਕਦੀ ਹੈ ਉਹਨਾਂ ਨੂੰ ਉਹਨਾਂ ਨੇ ਘਰਾਂ ਨੂੰ ਵੀ ਥੋੜੀ ਜੀ ਸਕੂਨ ਮਿਲਿਓ ਉਹਨਾਂ ਨੂੰ ਜਿਨ੍ਹਾਂ ਦੇ ਪੁੱਤ ਗਏ ਨੇ ਹਰ ਜਗ੍ਹਾ ਹਰ ਕੋਈ ਖੇਡ ਬਣਾ ਲਈ ਹੈ ਹਰ ਕਿਸੇ ਨੂੰ ਮਾਰਨਾ ਹਰ ਕਿਸੇ ਕੁੜੀ ਨੂੰ ਛੇੜਨਾ ਬਲਾਤਕਾਰ ਕਰਦੋ ਜੀ ਉਹਦੀ ਜ਼ਿੰਦਗੀ ਖਰਾਬ ਕਰਦੋ ਉਹਦੇ ਬੰਦੇ ਨੂੰ ਜੇਦੇ ਉੱਥੇ ਗਰਦਨ ਕੱਟ ਦੇਣੀ ਚਾਹੀਦੀ ਉਸ ਬੰਦੇ ਦੀ ਤੇ ਮੈਨੂੰ ਪਤਾ ਨਹੀਂ ਅੱਜ ਬੜਾ ਮੈਂ ਦਿਮਾਗ ਖਰਮਾ ਕਦੇ ਇੰਨਾ ਬੋਲਦੀ ਨਹੀਂ ਹੁੰਦੀ ਖੈਰ ਚਲੋ ਕੋਈ ਵੱਧ ਘਟ ਅੱਖਰ ਹੋਇਆ ਮੈਨੂੰ ਮਾਫ ਕਰਦੇ ਹੋ ਕੋਈ ਗਲਤ ਬੋਲਿਆ ਕੋਈ ਸ਼ਬਦ ਨਿਕਲਿਆ ਹੋਵੇ ਪਰ ਮੈਂ ਚਾਹੁੰਨੀ ਆ ਕਿ ਕੋਈ ਐਸਾ ਕਾਨੂੰਨ ਹੋਣਾ ਚਾਹੀਦਾ ਜਿਹਦੇ ਵਿੱਚ ਵੀ ਇਹ ਭਾਈ ਬੰਦਾ ਜਿਹੜਾ ਸਿੱਧ ਹੋ ਗਿਆ ਵੀ ਇਹਨੇ ਕਤਲ ਕੀਤਾ ਹੈ ਬਲਾਤਕਾਰ ਕੀਤਾ ਹੈ ਤਾਂ ਉਹ ਨੂੰ ਚੌਂਕ 'ਚ ਖੜਾ ਕੇ ਇਹਦਾ ਮੂੰਹ ਕਾਲਾ ਕਰਕੇ ਉਹਦੇ ਸਿਰ 'ਚ ਨਾ 100-100 ਜੁੱਤੀ ਮਾਰ ਕੇ ਉਹਨੂੰ ਗੋਲੀ ਮਾਰੀ ਜਾਵੇ ਫਾਂਸੀ ਦਿੱਤੀ ਜਾਵੇ ਉਸੇ ਪਿੰਡ ਦੇ ਵਿੱਚ ਤਾਂ ਕਿ ਅੱਗੇ ਵਾਸਤੇ ਕੋਈ ਇਹੋ ਜਿਹਾ ਗੰਦਾ ਕੰਮ ਕਰਨ ਤੋਂ ਪਹਿਲਾਂ 10 ਵਾਰ ਸੋਚੇ ਵੀ ਅਗਰ ਮੈਂ ਕੀਤਾ ਤਾਂ ਮੇਰੇ ਨਾਲ ਉਹ ਉਹੀ ਮੌਤ ਮੈਨੂੰ ਮਿਲਣੀ ਹੈ ਠੀਕ ਹੈ ਜੀ ਤੇ ਮੇਰੀ ਸਾਰੇ ਭਰਾਵਾਂ ਨੂੰ ਇਹੀ ਸਰਕਾਰ ਨੂੰ ਬੇਨਤੀ ਹੈ ਕਿ ਸਾਡੇ ਹਵਾਲੇ ਕਰੋ ਫੈਂਸ ਦੇ ਹਵਾਲੇ ਕਰੋ ਉਹਨਾਂ ਨੂੰ ਕਾਤਲਾਂ ਨੂੰ ਅਸੀਂ ਸਜ਼ਾ ਆਪੇ ਦੇ ਲਾਂਗੇ ਪੁੱਛ ਲਾਂਗੇ ਫੜ ਕੇ ਉਹਨਾਂ ਨੂੰ ਵੀ ਹਾਂ ਭਾਈ ਹੁਣ ਦੱਸੋ ਤੁਹਾਡੇ ਨਾਲ ਕੀ ਬਣਨਾ ਚਾਹੀਦਾ ਸਰਕਾਰ ਤੋਂ ਕੁਝ ਨਹੀਂ ਬਣਨਾ ਜੇਲ੍ਹਾਂ ਦੇ ਵਿੱਚ ਸਜ਼ਾ ਸਜ਼ਾ ਕੇ ਇਹਨਾਂ ਦੀ ਆਰਤੀ ਕਰ ਲੋ ਜਿੰਨੀ ਕਰੀ ਜਾਂਦੀ ਆ ਪਹਿਲਾਂ ਵੀ ਕਰ ਗਏ ਪਹਿਲਾਂ ਸਰਕਾਰਾਂ ਵੀ ਕਰ ਰਹੀਆਂ ਕਰ ਗਈਆਂ ਹੁਣ ਤੁਸੀਂ ਕਰ ਲਓ ਉਹਨਾਂ ਦੀ ਆਸਤੀ ਬਿਠਾ ਕੇ ਇਹ ਤਾਂ ਨਾਲ ਦੇ ਨਾਲ ਚੋ